अजनाला दे पिंड मलकपुर दी 26 साल लड़की दे दो नौजवानों ने तेजाब सुट दिता। लड़की नूं तुरंत अजनाला दे निजी हस्पताल विच भर्ती कराया गया जिथे डॉक्टरां ने उसनूं अमृतसर रैफर कर दिता। दरअसल लड़की कॉलेज तो पढ़न बाद अपने घर वापस पत रही सी कि रस्ते विच दो नौजवानों ने उसते तेजाबी हमला किया। लड़की दे मुंह गर्दन अते बाहां ते तेजाब पैण नाल उसदी हालत नाजुक बनी हुई है। घटना की सूचना मिलते सार ही मौके ते पहुंची पुलिस ने जांच आरंभ दी है। ਉਤਰਦੀ ਸੀ ਰੂਹ ਤਾਂ ਮੈਂ ਅੱਗੋਂ ਲੈਣ ਆਉਣਾ ਸੀ ਅਤੇ ਉਹ ਤੇਜ਼ਾਬ ਉੱਤੇ ਪਾ ਕੇ ਅਤੇ ਮੋਟਰਸਾਈਕਲ 'ਤੇ ਦੀ ਦੋ ਜਣੇ ਆਏ ਨੇ ਪੱਗਾਂ ਬੱਧੀਆਂ ਨੇ। ਮੈਨੂੰ ਵੀ ਇਹ ਜਿਹੜਾ ਡੱਕਾ ਲੱਗਣਾ ਚਾਹੀਦਾ ਪਿੱਛੇ ਜੇ ਕੰਮ ਚੱਲਿਆ ਸੀ ਅਤੇ ਵਿੱਚ ਜੇ ਹਟ ਗਿਆ ਸੀ ਅਤੇ ਹੁਣ ਫਿਰ ਕੰਮ ਇੱਕ ਦੋ ਵਾਰ ਤਾਂ ਸੁਣੀਆਂ ਨੇ ਅਤੇ ਨਹੀਂ ਹੋਣੀਆਂ ਚਾਹੀਦੀਆਂ ਇਹ ਤਰ੍ਹਾਂ ਦੇ। ਚਲੋ ਅੱਜ ਧੀ ਧਿਆਣੀ ਅੱਜ ਸਾਡੇ ਨਾਲ ਹੋਈ ਆ ਪਰ ਹੋਈ ਕਿਸੇ ਨਾਲ ਹੋਵੇ ਇਹ ਕਰਕੇ ਗੱਲ ਮਾੜੀ ਹੈ। ਜੋ ਇਨੀਸ਼ੀਅਲੀ ਸਾਨੂੰ ਪਤਾ ਲੱਗਿਆ ਜੋ ਲੜਕੀ ਨੇ ਦੱਸਿਆ ਸਟੇਟਮੈਂਟ 'ਚ ਅਤੇ ਜਦੋਂ ਬੱਸ ਤੋਂ ਉਤਰੀ ਹੈ ਤਾਂ ਦੋ ਅਣਪਛਾਤੇ ਲੜਕਿਆਂ ਨੇ ਜਿਹੜੇ ਕਿ ਮੋਟਰਸਾਈਕਲ 'ਤੇ ਸੀਗੇ ਉਹਨਾਂ ਨੇ ਇੱਕਦਮ ਇੱਕ ਸਾਈਡ ਤੋਂ ਆ ਕੇ ਜਿਹੜਾ ਉਹ ਜ਼ਾਬ ਪਾਤਾ। ਸੋ ਇਹਦੇ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹ ਸਾਰੀ ਘਟਨਾ ਕਿਵੇਂ ਹੋਈ ਹੈ ਅਤੇ ਉਹਦੇ ਸਟੇਟਮੈਂਟ 'ਤੇ ਜਿਹੜਾ ਕੇਸ ਰਜਿਸਟਰ ਕਰ ਰਹੇ ਹਾਂ। ਉਸ ਤੋਂ ਬਾਅਦ ਜੋ ਵੀ ਗੱਲ ਪੜਤਾਲ 'ਚ ਆਏਗਾ।